ਤੇ ਪਟੋਲ ਪਿੰਡ ਦੇ ਬਾਰ ਬਾਰ ਫਿਰਨੀ ਆ ਜੀ ਇੱਥੇ ਪੈਟਰੋਲ ਪੰਪ ਵੀ ਹੈਗਾ ਪਿੰਡ ਦੇ ਵਿੱਚ ਪਿੰਡ ਬਹੁਤ ਵੱਡਾ ਜੀ ਤੇ ਹੈ ਵੀ ਜਿਸ ਤਰ੍ਹਾਂ ਤਰੱਕੀ ਪਸੰਦ ਪਿੰਡ ਆ ਸਾਰਾ ਕੁਛ ਹੀ ਪਿੰਡ ਦੇ ਵਿੱਚ ਮਿਲ ਜਾਂਦਾ ਇੱਕ ਛੋਟੇ ਕਰਿਆਨੇ ਤੋਂ ਲੈ ਕੇ ਸਾਰੀਆਂ ਵੱਡੀਆਂ ਚੀਜ਼ਾਂ ਤੱਕ ਇੱਥੇ ਮਿਲ ਜਾਂਦੀਆਂ ਤੇ ਬਹੁਤ ਵਧੀਆ ਪਿੰਡ ਆ ਜੀ ਡਿਵੈਲਪ ਪਿੰਡ ਆ ਪੂਰੀ ਤਰ੍ਹਾਂ ਪਟਾਲ ਦਾ ਬੱਸ ਸਟੈਂਡ ਹੈ ਜੀ ਏ ਸੀ ਬੱਸ ਸਟੈਂਡ ਜੋ ਤੁਸੀਂ ਕਿਤੇ ਯੂਟਿਊਬ ਦੇ ਉੱਤੇ ਜਾਂ ਉਤਾਂ ਗੂਗਲ ਦੇ ਉੱਤੇ ਸਰਚ ਮਾਰੋ ਤਾਂ ਤੁਹਾਨੂੰ ਇਹ ਬੱਸ ਸਟੈਂਡ ਦਿਖੇਗਾ ਇਹ ਏ ਸੀ ਬੱਸ ਸਟੈਂਡ ਹੈ ਜੀ ਪੰਜਾਬ ਦੇ ਵਿੱਚ ਬਾਰ ਬਾਰ ਜਾ ਰਹੇ ਹਾਂ ਅਸੀਂ ਬਾਰੋ ਬਾਰ ਹੀ ਜਾ ਕੇ ਫਿਰ ਅੱਗੇ ਨੂੰ ਨਿਕਲ ਜਾਂਦੇ ਹਾਂ ਜਿੱਥੇ ਵੀ ਜਾਣਾ ਭਾਅ ਜੀ ਹੋਣੀ ਦੱਸਣਗੇ ਕਿਹੜੇ ਬੰਨੇ ਜਾਣਾ ਅਤੇ ਉੱਥੇ ਆਪਾਂ ਚੱਲੇ ਜਾਣ ਅਕਾਲੀ ਬਾਬਾ ਫੂਲਾ ਸਿੰਘ ਦੇ ਪਿੰਡ ਅਕਾਲੀ ਫੂਲਾ ਸਿੰਘ ਦੇ ਪਿੰਡ ਡੇਲਾ ਸਿੰਹੋਂ ਪਿੰਡ ਹੈ ਅਕਾਲੀ ਫੂਲਾ ਸਿੰਘ ਜੀ ਦਾ ਅਤੇ ਉਹਨਾਂ ਦੇ ਪਿੰਡ ਚੱਲੇ ਹਾਂ ਜੀ ਅਤੇ ਉੱਥੇ ਜਾ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜੀ ਅਤੇ ਉੱਥੇ ਜੋ ਵੀ ਅਕਾਲੀ ਫੂਲਾ ਸਿੰਘ ਦੇ ਬਾਰੇ ਯਾਦਗਾਰ ਹੋਊਗੀ ਉਹਦੇ ਉਹਦੇ ਬਾਰੇ ਅਤੇ ਹੋਰ ਜੋ ਵੀ ਕੁਛ ਹੋਊਗਾ ਉਹਦੇ ਬਾਰੇ ਯਾਦ ਇਹ ਜੀ ਇੱਥੋਂ ਟਰਨ ਕਰ ਗਏ ਹਾਂ ਜੀ ਗੁਰਦੁਆਰਾ ਜਨਮ ਅਸਥਾਨ ਅਕਾਲੀ ਫੂਲਾ ਸਿੰਘ ਪੰਥ ਦੇ ਮਹਾਨ ਦੇ ਨਾਲ ਅਕਾਲੀ ਫੂਲਾ ਸਿੰਘ ਦਾ ਪਿੰਡ ਹੈ ਜੀ ਜਿੱਥੇ ਜਨਮ ਹੋਇਆ ਅਕਾਲੀ ਫੂਲਾ ਸਿੰਘ ਦਾ ਮੇਰਾ ਪਿੰਡ ਮੇਰੀ ਸ਼ਾਨ ਦੇਲਾ ਸੀਆ ਇਹ ਲਗਭਗ ਮਾਲਵੇ ਦੇ ਸਾਰੇ ਪਿੰਡਾਂ ਦੇ ਵਿੱਚ ਇਹ ਬੋਰਡ ਅੱਜ ਕੱਲ੍ਹ ਲੱਗੇ ਹੋਏ ਆ ਅਤੇ ਇੱਧਰ ਅਕਾਲੀ ਫੂਲਾ ਸਿੰਘ ਦਾ ਬੁੱਤ ਬਣਿਆ ਹੋਇਆ ਜੀ ਸਾਹਮਣੇ ਪਾਸੇ ਬੜੀ ਰਮਨੀਕ ਜਗ੍ਹਾ ਦੇ ਉੱਤੇ ਬਿਲਕੁਲ ਨਹਿਰ ਦੇ ਕੰਢੇ ਦੇ ਉੱਤੇ ਆ ਪਹਿਲਾਂ ਆਪਾਂ ਉੱਧਰਲੇ ਬੰਨੇ ਜਾਂਦੇ ਬੁੱਤ ਵਾਲੇ ਬੰਨੇ ਅਕਾਲੀ ਫੂਲਾ ਸਿੰਘ ਦਾ ਬੁੱਤ ਹੈ ਜੀ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਖੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨੇ ਛੱਡੇ ਖੇਤ ਅਣਖੀਲੇ ਜਰਨੈਲ ਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦਾ ਜਨਮ 14 ਜਨਵਰੀ 1761 ਨੂੰ ਪਿਤਾ ਸਰਦਾਰ ਈਸ਼ਰ ਸਿੰਘ ਅਤੇ ਮਾਤਾ ਹਰਕੌਰ ਦਿਗਰੇ ਪਿੰਡ ਦੇਲਾ ਸ਼ੀਆਂ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਸਿੱਖ ਕੌਮ ਦੇ ਇਤਿਹਾਸ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਆਉਂਦਾ ਹੈ ਉੱਥੇ ਅਕਾਲੀ ਫੂਲਾ ਸਿੰਘ ਦਾ ਵਿਸ਼ੇਸ਼ ਸਥਾਨ ਹੁੰਦਾ ਹੈ ਆਪ ਕੌਮ ਦੀ ਚੜ੍ਹਦੀ ਕਲਾ ਲਈ 14 ਮਾਰਚ 1823 ਈਸਵੀ ਨੂੰ ਨਸ਼ਹਿਰੇ ਪਾਕਿਸਤਾਨ ਦੇ ਮੈਦਾਨ ਵਿੱਚ ਜਬਰ ਅਤੇ ਜ਼ੁਲਮ ਦੇ ਖਿਲਾਫ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਇਲਾਕੇ ਦੀਆਂ ਸੰਗਤਾਂ ਵੱਲੋਂ ਹਰ ਸਾਲ 13 ਮਾਰਚ ਨੂੰ ਅਕਾਲੀ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਹ ਘੇਰੇ ਘੇਰੇ ਦਾ ਪਾਰਕ ਹੈ ਜੀ ਅਕਾਲੀ ਫੂਲਾ ਸਿੰਘ ਦੇ ਅਤੇ ਇਹ ਬੁੱਤ ਹੈ ਜੀ ਅਕਾਲੀ ਫੂਲਾ ਸਿੰਘ ਦੇ ਘੋੜ ਚੜ੍ਹਿਆ ਬੁੱਤ ਇੱਧਰ ਅਸਲੀ ਜਨਮ ਅਸਥਾਨ ਸੀਗਾ ਜੀ ਅਕਾਲੀ ਫੂਲਾ ਸਿੰਘ ਦਾ ਅਤੇ ਸੜਕ ਦੇ ਦੂਸਰੇ ਪਾਸੇ ਗੁਰਦੁਆਰਾ ਬਣਾਇਆ ਗਿਆ ਜੀ ਮਾਲਵੇ ਦੇ ਪਿੰਡਾਂ ਦੇ ਵਿੱਚ ਫਿਰਦਿਆਂ ਇੱਕ ਚੀਜ਼ ਬਹੁਤ ਵਧੀਆ ਲੱਗੀ ਜੀ ਕਿ ਜਿਸ ਤਰ੍ਹਾਂ ਮਾਝੇ ਦੇ ਵਿੱਚ ਤਾਂ ਬਹੁਤ ਥੋੜ੍ਹੇ ਰੁੱਖ ਆ ਬਹੁਤ ਹੀ ਘੱਟ ਰਹਿ ਗਏ ਆ ਦੁਆਬੇ ਦੇ ਵਿੱਚ ਵੀ ਥੋੜ੍ਹੇ ਥੋੜ੍ਹੇ ਹੈਗੇ ਆ
ਪਰ ਮਾਲਵੇ ਦੇ ਵਿੱਚ ਰੁੱਖ ਬਹੁਤ ਜ਼ਿਆਦਾ ਨੇ। ਇੱਧਰ ਇਹ ਨਹਿਰ ਦਾ ਕੰਢਾ ਵਾ, ਨਹਿਰ ਦੇ ਕੰਢੇ ਦੇਖੋ ਕਿੰਨੇ ਵਧੀਆ ਕਿੰਨੇ ਸੋਹਣੇ ਰੁੱਖ ਆ। ਅਤੇ ਇੱਧਰ ਵੀ ਇਹ ਜਿਹੜਾ ਜਨਮ ਸਥਾਨ ਅਕਾਲੀ ਫੂਲਾ ਸਿੰਘ ਆ, ਇਹਦੇ ਲਾਗੇ ਵੀ ਕਿੱਡਾ ਵੱਡਾ ਬੋਹੜ ਦਾ ਰੁੱਖ ਆ। ਅਤੇ ਉੱਧਰ ਦੂਰ ਤੁਸੀਂ ਨਿਗਾਹ ਮਾਰ ਸਕਦੇ ਜੀ, ਉੱਧਰ ਵੀ ਬੜਾ ਵੱਡਾ ਬੋਹੜ ਦਾ ਰੁੱਖ ਆ। ਬੇਰੀਆਂ ਬਹੁਤ ਆ ਜੀ ਇੱਥੇ, ਨਿੰਮਾਂ ਬਹੁਤ ਆ, ਵਾਤਾਵਰਨ ਦੀ ਸ਼ੁੱਧਤਾ ਕਾਫੀ ਆ ਇੱਥੇ। ਅਤੇ ਸਾਰਾ ਕੁਛ ਵਧੀਆ ਕੁਦਰਤ ਦੇ ਅੰਗ ਸੰਗ ਰਹਿਣ ਵਾਲੀਆਂ ਚੀਜ਼ਾਂ ਲਗਭਗ ਇੱਥੇ ਲੋਕਾਂ ਨੇ ਸਾਂਭ ਕੇ ਰੱਖੀਆਂ ਹੋਈਆਂ। ਅਜੇ ਬਹੁਤਾ ਰੁੱਖਾਂ ਦੇ ਦੁਆਲੇ ਹੋਏ ਨੀਗੇ, ਅਤੇ ਬਹੁਤ ਸੋਹਣੀ ਗੱਲ ਆ ਜੇ ਨਾ ਹੀ ਇਹਨਾਂ ਰੁੱਖਾਂ ਨੂੰ ਤੰਗ ਕਰਨ, ਕਿਉਂਕਿ ਮਾਝੇ ਅਤੇ ਦੁਆਬੇ ਦੇ ਵਿੱਚ ਤਾਂ ਰੁੱਖ ਹੁਣ ਵਿਰਲਾ ਟਾਵਾਂ ਹੀ ਲੱਭਦਾ। ਇਹ ਆ ਜੀ ਪੁਰਾਤਨ ਜਨਮ ਸਥਾਨ, ਅਤੇ ਗੁਰਦੁਆਰਾ ਦੂਸਰੇ ਪਾਸੇ ਬਣਾਇਆ ਜੀ। ਪੁਰਾਤਨ ਘਰ ਆ ਜੀ, ਬਾਬਾ ਜੀ ਦਾ ਪੁਰਾਤਨ ਘਰ। ਇੱਧਰਲੇ ਪਾਸੇ ਪੁਰਾਤਨ ਖੂਹ ਵੀ ਆ ਜੀ, ਉਸ ਸਮੇਂ ਦਾ ਕਿਤੇ ਪੁਰਾਣੇ ਸਮੇਂ ਦਾ ਖੂਹ ਹੋਏਗਾ ਇੱਧਰਲੀ ਸਾਈਡ ਦੇ ਉੱਤੇ। ਅਤੇ ਇੱਧਰ ਪਹਿਲਾਂ ਖੂਹ ਦੇਖਦੇ ਹਾਂ ਜੀ ਆਪਾਂ, ਫਿਰ ਉੱਧਰ ਜਾਂਦੇ ਜਨਮ ਸਥਾਨ ਵਾਲੇ ਬੰਨੇ। ਨਲਕਾ ਚੱਲਦਾ ਜੀ ਕਿ ਨਹੀਂ? ਨਲਕਾ ਨਹੀਂ ਹੈ, ਚੱਲਦਾ ਨਹੀਂ ਚੱਲਦਾ। ਸੋ ਇਹ ਖੂਹ ਆ ਜੀ, ਪਰ ਖੂਹ ਦਾ ਪਾਣੀ ਵੀ ਕੋਈ ਬਹੁਤਾ ਜ਼ਿਆਦਾ ਡੂੰਘਾ ਨਹੀਂ ਗਾ, ਲਗਭਗ 30 ਫੁੱਟ ਦੇ ਉੱਤੇ ਪਾਣੀ ਹੈਗਾ ਇੱਥੇ। ਜਿਸ ਤਰ੍ਹਾਂ ਬਾਕੀ ਵਾਲੀਆਂ ਥਾਵਾਂ ਦੇ ਉੱਤੇ ਤਾਂ ਪਾਣੀ ਬਹੁਤ ਬਹੁਤ ਡੂੰਘਾ ਚਲ ਗਿਆ, ਪਰ ਇੱਥੇ ਪਾਣੀ ਬਹੁਤਾ ਜ਼ਿਆਦਾ ਡੂੰਘਾ ਨਹੀਂ ਗਾ, ਉੱਪਰ ਹੀ ਹੈ। ਜਾਂ ਹੋ ਸਕਦਾ ਇੱਥੇ ਨਹਿਰ ਲੰਘਦੀ ਹੈ, ਨਹਿਰ ਦਾ ਕਰਕੇ ਵੀ ਪਾਣੀ ਉੱਪਰ ਹੋਵੇ, ਉਹਦਾ ਕਰਕੇ ਪਾਣੀ ਉੱਪਰ ਹੋ ਸਕਦਾ ਨਹਿਰ ਦਾ ਕਰਕੇ। ਇਹ ਵੀ ਜਿੱਥੋਂ ਤੱਕ ਲੱਗਦਾ ਕਿ ਇਹ ਵੀ ਬਾਅਦ ਦੇ ਵਿੱਚ ਹੀ ਬਣਾਇਆ ਗਿਆ। ਪੁਰਾਤਨਤਾ ਤਾਂ ਜੇ ਵੇਖਿਆ ਜਾਵੇ ਕੁਛ ਸਮਾਂ, ਬਹੁਤ ਜ਼ਿਆਦਾ ਸਮਾਂ ਪਹਿਲਾਂ ਬਣਾਇਆ ਗਿਆ। ਪੁਰਾਤਨ ਕੁਛ ਹੈਗਾ ਵੀ ਆ, ਅਤੇ ਪਰ ਜ਼ਿਆਦਾ ਵੀ ਪੁਰਾਤਨ ਨਹੀਂ ਕਿਹਾ ਜਾ ਸਕਦਾ। ਇੱਧਰਲੇ ਪਾਸੇ ਫੋਟੋਆਂ ਲਈਆਂ ਗਈਆਂ, ਅਤੇ ਦਰਵਾਜ਼ੇ ਵਗੈਰਾ ਸਾਰੇ ਪੁਰਾਤਨ ਆ, ਅਤੇ ਉੱਦਾਂ ਇੰਨਾ ਜ਼ਿਆਦਾ ਪੁਰਾਤਨ ਵੀ ਨਹੀਂ ਕਿਹਾ ਜਾ ਸਕਦਾ, ਹੈ ਛੋਟੀ ਇੱਟ ਦਾ ਹੀ ਆ, ਚੌੜੀਆਂ ਕੰਧਾਂ ਬਣੀਆਂ ਹੋਈਆਂ। ਉਸ ਸਮੇਂ ਦਾ ਨਹੀਂ ਕਿਹਾ ਜਾ ਸਕਦਾ, ਉਸ ਸਮੇਂ ਤੋਂ ਬਾਅਦ ਦਾ ਹੋ ਸਕਦਾ ਬਣਿਆ ਹੋਵੇ। ਇੱਧਰਲੇ ਬੰਨੇ ਦੇਖ ਸਕਦੇ ਜੀ ਬੋਹੜ ਦਾ ਬਹੁਤ ਵੱਡਾ ਰੁੱਖ ਆ, ਅਤੇ ਜਿਸ ਤਰ੍ਹਾਂ ਬੋਹੜ ਦੇ ਜਿੱਦਾਂ ਜਿੱਦਾਂ ਅੱਗੇ ਟਾਣੇ ਵੱਧਦੇ ਜਾਂਦੇ ਬੋਹੜ ਉੱਪਰੋਂ, ਉਹਨਾਂ ਦੀ ਸਪੋਰਟ ਵਾਸਤੇ ਥੱਲੇ ਨੂੰ ਆਪਣੀਆਂ ਜੜ੍ਹਾਂ ਵਧਾ ਲੈਂਦੇ, ਜਿਨ੍ਹਾਂ ਨੂੰ ਦਾੜੀ ਕਹਿੰਦੇ ਆ, ਵੀ ਬੋਹੜ ਦੀ ਦਾੜੀ ਆ ਗਈ। ਇਹ ਬੋਹੜ ਦੀਆਂ ਟਾਣਿਆਂ ਦੀ ਸਪੋਰਟ ਵਾਸਤੇ ਬੋਹੜ ਨੇ ਆਪਣੇ ਆਪ ਹੀ ਕੁਦਰਤੀ ਤੌਰ ਦੇ ਉੱਤੇ ਬਣਾਇਆ ਹੁੰਦਾ ਜੀ। ਇਹ ਸਾਹਮਣੇ ਗੁਰਦੁਆਰਾ ਜੀ ਅਕਾਲੀ ਫੂਲਾ ਸਿੰਘ ਜੀ ਦਾ, ਇੱਧਰਲੇ ਬੰਨੇ ਦੂਸਰੇ ਪਾਸੇ ਸਾਹਮਣੇ ਤੁਸੀਂ ਦੇਖਿਆ ਉਹਨਾਂ ਦਾ ਪੁਰਾਤਨ ਘਰ ਸੀ, ਅਤੇ ਸਾਹਮਣੇ ਬੁੱਤ ਲੱਗਾ ਅਕਾਲੀ ਫੂਲਾ ਸਿੰਘ ਜੀ ਦਾ, ਘੋੜ ਚੜਿਆ। ਅਤੇ ਇਹ ਗੁਰਦੁਆਰਾ ਸਾਹਿਬ ਹੈ ਜੀ, ਜਨਮ ਸਥਾਨ ਦੇਲਾ ਸ਼ੀਆਂ ਸੰਗਰੂਰ। ਗੁਰਦੁਆਰਾ ਸਾਹਿਬ ਦਾ ਮੁੱਖ ਦਰਵਾਜ਼ਾ ਜੀ, ਕਾਫੀ ਖੁੱਲ੍ਹਾ ਡੁੱਲਾ ਹਾਲ ਹੈ ਇੱਧਰਲੇ ਬੰਨੇ ਗੁਰਦੁਆਰਾ ਸਾਹਿਬ ਦਾ।
ਦੇਖੀ ਇੰਨੇ ਕੰਮ ਕਰੀਏ ਤੇ ਇੱਧਰਲੇ ਪਾਸੇ ਲੰਗਰ ਹਾਲ ਆ ਉੱਧਰਲੇ ਪਾਸੇ ਰਿਹਾਇਸ਼ ਦੇ ਕਮਰੇ ਅਤੇ ਹੋਰ ਦਫਤਰੀ ਕੰਪਲੈਕਸ ਅਤੇ ਦਿੱਲੀ ਸਾਈਡ 'ਤੇ ਗੁਰਦੁਆਰੇ ਦਾ ਰਸਤਾ ਜੀ ਜਾਣ ਨੂੰ ਇੱਧਰਲੇ ਪਾਸੇ ਕਾਫੀ ਖੁੱਲ੍ਹੀ ਡੁੱਲੀ ਜਗ੍ਹਾ ਗੁਰਦੁਆਰਾ ਸਾਹਿਬ ਦੇ ਬਣੀ ਹੋਈ ਹੈ ਜੀ ਅਤੇ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਅਤੇ ਹੋਰ ਜੋ ਵੀ ਕੁਛ ਇਤਿਹਾਸਿਕ ਚੀਜ਼ ਹੋਈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਾਂਝ ਪਾਉਂਦੇ ਹਾਂ ਸਿੱਖਾਂ ਦਾ ਸਿੱਖੀ ਸ਼ਾਨ ਦਾ ਪ੍ਰਤੀਕ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਪੁਰਾਤਨ ਜੋ ਸਾਡੇ ਨਿਸ਼ਾਨ ਸਨ ਸੁਰਮਈ ਨਿਸ਼ਾਨ ਜਿਹਨੂੰ ਬਾਅਦ ਦੇ ਵਿੱਚ ਸਾਜਿਸ਼ ਦੇ ਤਹਿਤ ਬਦਲ ਕੇ ਕੇਸਰੀ ਕਰ ਦਿੱਤਾ ਗਿਆ ਸਾਡੇ ਨਿਸ਼ਾਨ ਕੇਸਰੀ ਨਹੀਂ ਸਾਡੇ ਨਿਸ਼ਾਨ ਸੁਰਮਈ ਅਤੇ ਬਸੰਤੀ ਨੇ ਬਸੰਤੀ ਰੰਗ ਦਾ ਨਿਸ਼ਾਨ ਆ ਸਾਡਾ ਗੁਰਸਿੱਖੀ ਦਾ ਪਹਿਰੇਦਾਰ ਅਤੇ ਜਾਂ ਸੁਰਮਈ ਜਿਹੜਾ ਇੱਥੇ ਅਕਾਲੀ ਫੂਲਾ ਸਿੰਘ ਜੀ ਦੇ ਤੁਸੀਂ ਗੁਰਦੁਆਰਾ ਸਾਹਿਬ ਉੱਥੇ ਦਰਸ਼ਨ ਕਰ ਰਹੇ ਹੋ ਦੇਖ ਰਹੇ ਹੋ ਅਕਾਲੀ ਫੂਲਾ ਸਿੰਘ ਜੀ ਪੰਥ ਦੇ ਉਹ ਮਹਾਨ ਜਰਨੈਲ ਸਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਮਰਪਿਤ ਜਥੇਦਾਰ ਜਿਹੜੇ ਸਿਰਫ ਤੇ ਸਿਰਫ ਕੌਮ ਨੂੰ ਸਮਰਪਿਤ ਸਨ ਨਾ ਕਿਸੇ ਰਾਜਸ਼ਾਹੀ ਨੂੰ ਨਾ ਕਿਸੇ ਬਾਦਸ਼ਾਹ ਨੂੰ ਅਤੇ ਜਿਹੜੀ ਮੁਹਿੰਮ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਜਿਹੜਾ ਮੋਰਚਾ ਨਾ ਸਰ ਹੁੰਦਾ ਦਿਸਦਾ ਅਤੇ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਨੂੰ ਕਹਿੰਦੇ ਅਤੇ ਅਕਾਲੀ ਫੂਲਾ ਸਿੰਘ ਜੀ ਉਸ ਮੋਰਚੇ ਦੇ ਉੱਤੇ ਆਪ ਸ਼ਮੂਲੀਅਤ ਕਰਦੇ ਅਤੇ ਉਹ ਮੋਰਚਾ ਫਤਿਹ ਕਰਦੇ ਅਤੇ ਅਕਾਲੀ ਫੂਲਾ ਸਿੰਘ ਦੀ ਇਹੋ ਖਾਸੀਅਤ ਸੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਵੀ ਕਿਸੇ ਸਮੇਂ ਮਹਾਰਾਜਾ ਗਲਤੀ ਕਰਦਾ ਅਤੇ ਅਕਾਲੀ ਫੂਲਾ ਸਿੰਘ ਜੀ ਉਸ ਗਲਤੀ ਦੀ ਸਜ਼ਾ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਦਿੰਦੇ ਜਿਹਦਾ ਅਜੇ ਤੱਕ ਵੀ ਸਬੂਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਵਿਹੜੇ ਦੇ ਵਿੱਚ ਉਹ ਇਮਲੀ ਦਾ ਰੁੱਖ ਹੈ ਜਿਹਦੇ ਨਾਲ ਬੰਨ੍ਹ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਨੇ ਘੋੜੇ ਮਾਰੇ ਅਤੇ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਅਤੇ ਅਕਾਲੀ ਫੂਲਾ ਸਿੰਘ ਇੱਕ ਸਮੇਂ ਦੀ ਗੱਲ ਹੈ ਕਿ ਆਪਣੇ ਘਰ ਦੇ ਉੱਥੇ ਖੜ੍ਹੇ ਵਾਲ ਸਕਾ ਰਹੇ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਹਾਥੀ ਦੇ ਉੱਤੇ ਚੜ੍ਹ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਸਨ ਅਤੇ ਅਕਾਲੀ ਫੂਲਾ ਸਿੰਘ ਨੇ ਕਿਹਾ ਕਿ ਕਾਣਿਆ ਤੈਨੂੰ ਪਤਾ ਨਹੀਂ ਮਹਾਰਾਜਾ ਦੇ ਦਰਸ਼ਨ ਕਰਨ ਕਿਸ ਤਰ੍ਹਾਂ ਆਈਦਾ ਮਹਾਰਾਜਾ ਵਾਲੀ ਸ਼ਾਨ ਦੇ ਵਿੱਚ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਹੀ ਆਇਆ ਜਾਂਦਾ ਸੋ ਉਹਨੇ ਉਸੇ ਵੇਲੇ ਅਕਾਲੀ ਫੂਲਾ ਸਿੰਘ ਜੀ ਦਾ ਹੁਕਮ ਮੰਨਦਿਆਂ ਹੋਇਆ ਹਾਥੀ ਤੋਂ ਉਤਰ ਕੇ ਅਤੇ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਿਆ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਵੀਡੀਓ ਦੇ ਵਿੱਚ ਸਾਥ ਦੇਣ ਦਾ ਬਹੁਤ ਧੰਨਵਾਦ ਜੁੜਨ ਵਾਸਤੇ ਸੋ ਕਿਰਪਾ ਕਰਕੇ ਜੇ ਮੇਰੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਜੀ ਬਹੁਤ ਬਹੁਤ ਧੰਨਵਾਦ ਜੀ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ। ਸਟੋਰ ਰੂਮ ਹੈ।